ਅਸੀਂ ਵੱਡੀ ਲੜਾਈ ਲੜ ਕੇ ਸਾਡੇ ਬਜ਼ੁਰਗਾਂ ਨੇ ਅਮਰੀਕਾ ਦੇ ਵਿੱਚ ਵੱਡ ਵਡੇਰਿਆਂ ਨੇ 18 ਘੰਟਿਆਂ ਤੋਂ ਦਿਹਾੜੀ 8 ਘੰਟੇ ਲਿਆਂਦੀ ਤੇ ਅਸੀਂ ਮੰਗ ਕਰੀਏ ਵੀ ਦਿਹਾੜੀ 6 ਘੰਟੇ ਕਰ ਦਿਓ, ਰੁਜ਼ਗਾਰ ਵੱਧ ਮਿਲ ਜੂ। ਪਰ ਮੋਦੀ ਨੇ ਭਰਾਵੋ ਮਤਾ ਲਿਆਂਦਾ ਤੇ ਵਾਰ ਵਾਰ ਭਾਰਤ ਦੇ ਲੋਕ ਉਹਦੀ ਸਰਕਾਰ ਬਣਾਈ ਜਾਂਦੇ ਨੇ, 8 ਘੰਟਿਆਂ ਤੋਂ 12 ਘੰਟੇ ਕਰਤੀ। ਤੇ ਸਾਨੂੰ ਕਦੇ ਕਿਸਾਨਾਂ ਨੂੰ ਇਹ ਆਉਂਦਾ ਮਨ ਚ ਵੀ ਅਸੀਂ ਕਿਹੜਾ ਦਿਹਾੜੀ ਕਰਨੀ ਹੈ, ਦਿਹਾੜੀ ਤਾਂ ਮਜ਼ਦੂਰਾਂ ਨੇ ਕਰਨੀ ਹੈ। ਇਹ ਮੈਂ ਕਿਸਾਨਾਂ ਨੂੰ ਸਮਝਾਉਣਾ ਚਾਹੁੰਦਾ, ਸਾਰਿਆਂ ਦੇ ਬੱਚੇ ਬਾਹਰ ਨੇ, ਉੱਥੇ ਪੱਕੀ ਨੌਕਰੀ ਨਹੀਂ ਮਿਲਦੀ। ਜੇ ਇੱਥੇ 12 ਘੰਟਿਆਂ ਤੋਂ ਬਾਅਦ ਮਜ਼ਦੂਰ ਨੂੰ ਓਵਰ ਟਾਈਮ ਮਿਲੂਗਾ ਤਾਂ ਜਿਹੜੇ ਸਾਡੇ ਬੱਚੇ ਬਾਹਰ ਜਾ ਕੇ ਦਿਹਾੜੀ ਕਰਦੇ ਨੇ ਤੇ ਉਹਨਾਂ ਨੂੰ ਵੀ 12 ਘੰਟਿਆਂ ਤੋਂ ਬਾਅਦ ਫਿਰ ਓਵਰ ਟਾਈਮ ਮਿਲੂਗਾ। ਕੱਲ ਮੈਨੂੰ ਇੱਕ ਸਕੂਲ ਦਾ ਜੇ ਮੈਂ ਕਹਿੰਦਾ ਚੰਗਾ ਮਾਸਟਰ ਕਹਾਂ ਉਹਨੂੰ ਮਿਲਿਆ, ਕੱਲ ਮੇਰੇ ਕੋਲੇ ਆਥਣੇ ਆ ਗਿਆ, ਮੈਂ ਕਿਹਾ ਬਾਹਲਾ ਹੀ ਕਵੇਲਾ ਕਰਤਾ, ਮੈਂ ਕਿਹਾ ਕੀ ਹਾਲ ਹੈ, ਕਹਿੰਦਾ ਠੀਕ ਹੈ। ਤੇ ਮੈਂ ਕਿਹਾ ਵੀ ਇੱਥੋਂ ਕਿੰਨੇ ਘੰਟੇ ਕੰਮ ਲੈਂਦੇ ਨੇ ਸਕੂਲ ਵਾਲੇ, ਉਹ ਕਹਿੰਦਾ ਬੱਚੇ ਦਾ ਸੁਨੇਹਾ ਵਗ ਜਾਂਦੇ ਨੇ। ਤੇ ਮੈਥੋਂ ਕੰਮ ਕਿੰਨੇ ਕੁ ਘੰਟੇ ਨੇ, 18 ਘੰਟੇ। ਪੜ੍ਹਿਆ ਲਿਖਿਆ ਨੌਜਵਾਨ ਮੁੰਡਾ ਸਕੂਲ ਦਾ ਕੰਮ ਕਰਦੇ, ਤੜਕੇ ਸੁਨੇਹਾ ਜੀ ਆਹ ਕੰਮ ਕਰਨਾ, ਉਹ ਪੜ੍ਹਿਆ ਲਿਖਿਆ ਤੋਂ ਅੱਜ 18 ਘੰਟੇ ਤੇ ਅਨਪੜ੍ਹਾਂ ਤੋਂ 12 ਘੰਟੇ। ਇਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਲੜਨਾ ਪੈਣਾ, ਲੜੇ ਬਿਨਾਂ ਡੰਗ ਨਹੀਂ ਲੈਣਾ।